ਸੋ ਪਾਰਲੀਮੈਂਟ ਵੱਲ ਨੂੰ ਜਾ ਰਹੇ ਹਾਂ ਆਪਾਂ ਜੇ ਤੁਹਾਡਾ ਵੀ ਕੋਈ ਮਸਲਾ ਆਇਆ ਸਾਡੇ ਨਾਲ ਸ਼ੇਅਰ ਕਰਿਓ ਆਪਾਂ ਅੱਗੇ ਰੱਖ ਦਾਂਗੇ ਕਿ ਆਪਾਂ ਹੀ ਮੋਹਰ ਲਾਉਣੀ ਆ ਫਿਰ ਜੇ ਤੁਸੀਂ ਸਾਨੂੰ ਨਾ ਮਿਲਦੇ ਅਸੀਂ ਇੱਥੇ ਨਾ ਆਉਂਦੇ ਆ ਐਡੀ ਸੋਹਣੀ ਲੋਕੇਸ਼ਨ ਮਿਸ ਹੋ ਜਾਣੀ ਅਸੀਂ ਬਗੈਰ ਮਿਲੇ ਤੁਹਾਨੂੰ ਜਾਣ ਹੀ ਅੱਛਾ ਇੱਥੇ ਆਪਾਂ ਜਿਰਾਫ ਨੂੰ ਫੀਡ ਕਰ ਸਕਦੇ ਹਾਂ ਅਤੇ ਆਹ ਦੇਖੋ ਆ ਰਿਹਾ ਜਿਰਾਫ गुड मॉर्निंग गुड मॉर्निंग नीना लाजोर खोला शाबाश लीना तो डोर नहीं खोल रहा पूरा जोर लग्या होया उहदा हां जी सत श्री अकाल जी सारिआं नूं सत श्री अकाल जी सारिआं नूं की हाल चाल है तुहाडा अज साडा दिन चढ़िया आ वेलिंगटन दे विच जिन्होंने पहली वीडियो वेखी है उन्होंने पता ही होना कि असीं कल रात इत्थे वेलिंगटन आए सी ते घूमदे घमांदे इस होटल च रुके सीगे ते जिन्होंने नहीं देखी ओ अज जान लेणगे सी कित्थे बैठे आ पहली वीडियो देखियो कल वाला दिन बहुत वधिया रहा हां जी पर अज वाले दिन दी शुरुआत हो चुकी है अपनी लीन पुत्त एक मिनट अज वाली दिन की अपनी शुरुआत हो चुकी है तो आप इस टाइम होटल दे विच खड़े हैं होटल की छोटी जी बालकनी आ तो बालकनी तो बाद नजारा देखो सामने पोर्ट आ हाँ जी ओरिएंटल बे कहते हैं ना ओरिएंटल बे हाँ वो सामने पोर्ट आ इत्थे दा ते बाकी जो वाटरफ्रंट जिन्हें भी होटल ने परले पासे ने बहुत ही सोहना नजारा बड़ा वधिया बाकी अज वाला प्लान अपना बहुत ही मतलब एक्साइटेड ते एडवेंचरस होने वाला सो आप चले हाँ काफ़ी जगह ते अज ते शाम नूं अपना एक छोटा जिहा मीटअप भी आ सो वीडियो पूरी देखियो तुहानूं बहुत आनंद आने वाला ते बाकी दो रूम सीगे अपने कोल पार्ला रूम थोड़ा जिहा मैसी सीगा ਤਾਂ ਉਹ ਆਪਾਂ ਜਿਵੇਂ ਉਹ ਦਿਨ 'ਚ ਟਾਈਡੀ ਅਪ ਕਰ ਦੇਣਗੇ ਆ ਕੇ ਹੋਟਲ ਵਾਲੇ ਅਤੇ ਇੱਧਰ ਬੈਠੇ ਹਾਂ ਮੰਮੀ ਡੈਡੀ ਉਹਨੇ ਨਾਲ ਨੇ ਚਾਹ ਚੂ ਪੀ ਰਹੇ ਆ ਆਪਣੀ ਅਤੇ ਬ੍ਰੇਕਫਾਸਟ ਆਪਾਂ ਹਲਕਾ ਫੁਲਕਾ ਹੋਟਲ ਦੇ ਵਿੱਚ ਕਰ ਲਿਆ ਸੋ ਇੱਥੋਂ ਨਿਕਲਦੇ ਹਾਂ 10-15 ਮਿੰਟ ਦੇ ਵਿੱਚ ਬਾਕੀ ਹੋਰ ਕੋਈ ਗੱਲਬਾਤ ਹੋਰ ਗੱਲਬਾਤ ਇਹ ਹੈ ਕਿ ਹੁਣ ਸਾਰੇ ਰੈਡੀ ਹੋ ਗਏ ਆ ਖਾ ਪੀ ਲਿਆ ਨਾਸ਼ਤਾ ਕਰ ਲਿਆ ਸੀ ਹੁਣ ਅਸੀਂ ਘੁੰਮਾ ਫਿਰਾਂਗੇ ਫਿਰ ਕਿਤੇ ਰੁਕਾਂਗੇ ਉੱਥੇ ਲੰਚ ਵਗੈਰਾ ਕਰਕੇ ਫਿਰ ਉਸ ਤੋਂ ਬਾਅਦ ਦੇਖਦੇ ਆ ਕੀ ਦੇਖਣਾ ਉਸ ਤੋਂ ਬਾਅਦ ਵੈਲਿੰਗਟਨ ਵਿੱਚ ਕੋਈ ਨਾ ਤੁਸੀਂ ਨਾਲ ਜੁੜੇ ਰਹੋ ਵਧੀਆ ਦਿਨ ਹੋਣ ਵਾਲਾ ਆਪਣਾ ਪੂਰਾ ਫਨ ਹੋਣਾ ਵੈਲਿੰਗਟਨ ਘੁੰਮਣਾ ਆਪਾਂ ਅੱਜ ਸਾਰਾ ਵੈਲਿੰਗਟਨ ਹੀ ਆਪਾਂ ਦੇਖਣਾ ਆ ਤੁਹਾਨੂੰ ਦਿਖਾਵਾਂਗੇ ਵਧੀਆ ਤਰੀਕੇ ਦੇ ਨਾਲ ਤੇ ਆ ਇੱਧਰ ਹੋਟਲ ਦਾ ਰੂਮ ਵੀ ਦਿਖਾ ਦਿੰਨੇ ਆ ਤੁਹਾਨੂੰ ਆਪਣਾ ਜੇ ਪਹਿਲੀ ਵੀਡੀਓ ਨਹੀਂ ਦੇਖੀ ਮੰਮੀ ਕਿੱਦਾਂ ਬਹੁਤ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਕਾਫੀ ਪਲਾਈਏ ਚਾਹ ਵੀ ਆਪਾਂ ਕਾਫੀ ਪੀ ਰਹੇ ਆ ਅੱਜ बहुत खराब है मन बचा के जे वीरा आ गया ना फिर गुस्से च देख ले दो जिवें तू कर दी आ सवेरे सवेरे आपां इत्थों बाहर लाइक जेडी अपनी फेरी जांदी आ साउथ आइलैंड ते हैना ओ वाली फेरी तुरी सी ते ओदा हॉर्न बजया ओने मेरी जाग खलाई मैं क्या अच्छा चली गई फेरी मैं उठ के हिम्मत नहीं कीती देखने मैं कल नू देखांगे सवेरे कि असीं ये रात अज वी इत्थे ही रहना आ साढ़े तीन घंटे की फेरी बहुत ही ब्यूटीफुल जर्नी आ ਆਪਾਂ ਕੀਤੀ ਨਹੀਂ ਹਾਲੇ ਪਰ ਉਹਦੇ ਬਾਰੇ ਦੇਖਿਆ ਸੁਣਿਆ ਬਹੁਤ ਆ ਸੋ ਪਲਾਨ ਹੈਗਾ ਉਹ ਵੀ ਅੱਗੇ ਕਰਾਂਗੇ ਅਤੇ ਬਾਕੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਠੀਕ ਆ ਜੀ ਆਪਣਾ 2-3 ਦਿਨ ਦਾ ਪਲਾਨ ਆ ਇੱਥੇ ਅਤੇ ਆਪਾਂ ਆਪਣੀ ਜਰਨੀ ਕੰਟੀਨਿਊ ਕਰਦੇ ਹਾਂ ਹੁਣ ਇੱਥੋਂ ਅੱਗੇ ਨਹੀਂ ਉੱਥੇ ਗਏ ਸੀ ਆਪਾਂ ਰਾਤੀ ਨਿਊ ਵਰਲਡ ਹਾਂਜੀ ਹੋ ਰਿਹਾ ਸਹੀ ਗੱਲ
ਬੜੇ ਖੱਜਲ ਹੋ ਕੇ ਪਹੁੰਚਿਆ ਉੱਥੇ ਤੱਕ। ਅੱਜ ਕਿੱਥੇ ਚੱਲੇ ਆ ਪਤਾ ਕੁਛ? ਹਿਲਦੀ ਪਈ ਹਿਲਦੀ ਪਈ ਆ ਕਹਿੰਦੀ ਲੈਫਟ ਹਿਲ ਇਹ ਥੱਲੇ ਨੂੰ ਗਈ ਮੇਮੀ ਯਾ ਇਹ ਤਾਂ ਥੱਲੇ ਨੂੰ ਚਲੇਗੀ ਤੇ ਇਧਰੋਂ ਬੰਦ ਹੋਈ ਸੁਣ ਖੁੱਲੋ ਕਿਧਰੋਂ ਹੈ ਉਹ ਇਧਰੋਂ ਖੁੱਲ ਗਈ ਓ ਚਲੋ ਮੇਮੀ ਛੇਤੀ ਛੇਤੀ ਓਕੇ चलो चलो शाबाश चलो चलो मम्मड़ा कड़ी रात खा लियो। वेलिंगटन दी रूट्स बड़िया अजीब ने जी आ देखो ते उच्चियां उच्चियां नीवियां ते वन वे बहुत ने गल लास्ट सिटी च गए लास्ट वीडियो देखियो बड़े तमाशे लगे साडे ते हुणे मैनूं जीपीएस दस रिहा भी इत्थे अगे जू आ हुण सारे घर ने घरां दे विच जू इत्थे कित्थे आ गया। चलो कोई गल नहीं पहुंच के देखदे आ कित्थे आ 100 meter ते ही आ हुण ओही रोड हुण थल्ले आ गई ਵੀ ਦੱਸ ਪਹਿਲਾਂ ਹੀ ਪੱਧਰੀ ਕਰਕੇ ਬਣਾ ਦਿੰਦੇ ਉਹ ਸਾਹਮਣੇ ਜ਼ੂ ਆ ਗਿਆ ਆਪਣਾ ਵੈਲਿੰਗਟਨ ਜ਼ੂ ਆ ਤੇ ਵੇਲੋ ਘਰੋਂ ਤੋਂ ਇੱਕਦਮ ਹੀ ਛੜੱਪਾ ਇੱਕ ਭੱਜ ਗਿਆ ਇਹ ਘਰ ਘਰ ਜ਼ੂ ਚ ਨੇ ਆ ਜ਼ੂ ਘਰ ਚ ਇਹ ਨਹੀਂ ਪਤਾ ਲੱਗਿਆ ਹੁਣ। ਸੋ ਵੈਲਿੰਗਟਨ ਜ਼ੂ ਪਹੁੰਚ ਗਏ ਜੀ ਆਪਾਂ ਵੈਲਿੰਗਟਨ ਜ਼ੂ ਆ ਬਹੁਤ ਹੀ ਵੱਡਾ ਤੇ ਨਿਊਜ਼ੀਲੈਂਡ ਦਾ ਇੱਕ ਮੰਨਿਆ ਹੋਇਆ ਜ਼ੂ ਆ ਜਿੱਥੇ ਤਰ੍ਹਾਂ ਤਰ੍ਹਾਂ ਦੇ ਐਨੀਮਲਸ ਨੇ ਹਾਂਜੀ ਹਨਾ ਮਨੀ ਹਾਂਜੀ ਤੇ ਪਾਰਕਿੰਗ ਇੱਥੇ ਲਾਤੀ ਥੋੜ੍ਹੀ ਦੂਰ ਲੱਗੀ ਆ ਜ਼ੂ ਤੋਂ ਪਰ ਕਾਫੀ ਵਧੀਆ ਵਾ ਖੁੱਲਾ ਡੁੱਲਾ ਵਾ ਇੱਥੇ ਪਲੰਟੀ ਆਫ ਪਾਰਕਿੰਗ ਆ ਸਨ ਕ੍ਰੀਮ ਵਗੈਰਾ ਲਾ ਲਈ ਕਿਉਂਕਿ ਧੁੱਪ ਬਹੁਤ ਜ਼ਿਆਦਾ ਵਾ ਟਾਈਮ 11 ਵੱਜ ਗਏ ਦੁਪਹਿਰ ਦੇ ਸੋ ਚੱਲਦੇ ਹਾਂ ਅੰਦਰ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਆਹ ਗੇਟ ਦੀ ਐਂਟਰੀ ਅਸੀਂ ਸਾਰਾ ਉੱਤੇ ਦੀ ਘੁੰਮ ਕੇ ਆਏ ਹਾਂ ਉਹ ਸਾਹਮਣੇ ਉਹਦੇ ਪਰਲੇ ਪਾਸੇ ਦੀ ਅਤੇ ਆ ਇੱਥੇ ਦੋ ਪਾਰਕਿੰਗਾਂ ਨਹੀਂ ਇਹ ਪਹਿਲਾਂ ਵੀ ਸੀਗੀਆਂ ਮੈਨੂੰ ਲੱਗਦਾ ਕਿ ਗੇਟ ਬੰਦ ਆ ਨਾ ਕਿਸੇ ਦਾ ਧਿਆਨ ਨਹੀਂ ਜਾਂਦਾ ਹਰ ਕੋਈ ਉੱਥੋਂ ਸਿੱਧਾ ਨਿਕਲ ਜਾਂਦਾ ਬਟ ਐਨੀਵੇ ਜੇ ਤੁਸੀਂ ਕਦੇ ਜ਼ੂ ਆਵੋ ਤਾਂ ਜ਼ੂ ਦਾ ਗੇਟ ਵੜਦੇ ਅੰਦਰ ਲੈਫਟ ਹੈਂਡ ਸਾਈਡ ਤੇ ਆ ਪਾਰਕਿੰਗ ਆਏਗੀਆਂ ਤੇ ਆ ਦੇਖੋ ਇੱਥੇ ਲਿਖਿਆ ਵੀ ਹੋਇਆ 240 minutes ਤੱਕ ਪਾਰਕ ਕਰ ਸਕਦੇ ਹੋ। ਚਲੋ ਜੀ ਜ਼ੂ ਪਹੁੰਚ ਗਏ ਆਪਾਂ ਟਿਕਟਾਂ ਦਾ ਵੇਰਵਾ ਤੁਹਾਨੂੰ ਅੰਦਰ ਜਾ ਕੇ ਦੱਸਦੇ ਹਾਂ ਆਪਾਂ। ਸੋ ਪਹਿਲਾਂ ਵੈਕਸੀਨ ਪਾਸ ਚੈੱਕ ਕਰਨਗੇ ਆਪਣੇ ਉਹ ਚੈੱਕ ਕਰਾ ਲਈਏ ਅੰਦਰ ਬੜਾ ਵਧੀਆ ਮਤਲਬ ਪਲਾਨਿੰਗ ਦੇ ਨਾਲ ਨਾ ਇਹਨਾਂ ਰੂਟ ਬਣਾਏ ਹੋਏ ਨੇ ਵੀ ਤੁਸੀਂ ਕਿਹੜਾ ਜਾਨਵਰ ਕਿਵੇਂ ਦੇਖਣਾ ਚਾਹੁੰਦੇ ਹੋ ਹੁਣ ਜਿਵੇਂ ਆਹ ਸਕੁਅਰਲ ਮੰਕੀ ਆ ਇੱਧਰ ਗਿਬਨ ਆ ਇੱਧਰ ਰਸਤਾ ਵਾ ਚਲੋ ਇੱਧਰ ਮੈਪ ਤੇ ਮੈਪ ਦਿੱਤਾ ਆ ਮੈਪ ਦਿਖਾਈ ਮਨੀ ਸੋ ਮੈਪ ਤੇ ਸਾਰਾ ਐਕਸਪਲੇਨ ਕੀਤਾ ਵੀ ਕਿੱਥੇ ਕਿੱਥੇ ਕੀ ਆ ਹੁਣ ਜਿਵੇਂ ਆਪਾਂ ਇੱਥੋਂ ਸਟਾਰਟ ਕੀਤਾ ਆਪਣਾ ਅਤੇ ਉਸ ਤੋਂ ਅੱਗੇ ਸਾਰਾ ਰੂਟ ਬਣਿਆ ਵੀ ਜਿਹੜਾ ਐਨੀਮਲ ਦੇਖਣਾ ਉਸ ਹਿਸਾਬ ਨਾਲ ਜਾਈ ਜਾਓ ਅੱਗੇ ਨਹੀਂ ਨਾ ਮੰਕੀ ਦੇ ਬੇਬੀਜ਼ ਉਹ ਦੇਖ ਉਹ ਤੇ ਮੰਕੀ ਬੇਬੀਜ਼ ਇਹ ਕਾ ਬੈਠਾ ਮੰਮੀ ਆ ਦੇਖ ਆ ਗਿਆ ਆ ਦੇ ਬੈਠਾ ਸੋ ਇੱਧਰ ਕੋਈ ਚਿੰਪੈਂਸੀ ਟਾਕ ਹੋਣਾ ਉਹਦਾ ਟਾਈਮ ਆ 12:45 ਦਾ 10 ਮਿੰਟ ਰਹਿ ਗਏ ਸੋ ਟਰਾਈ ਕਰਦੇ ਹਾਂ ਉੱਧਰ ਜਾਣ ਦੀ ਉਹ ਬੋਤਲਾਂ ਦਾ ਬਣਾਇਆ ਹੋਇਆ ਆਹ ਬੜਾ ਵਧੀਆ ਹੈ ਨਾ ਵਾ ਬੋਟਲ ਦੇ ਲਾਈ ਹੋਈਆਂ ਪਲਾਸਟਿਕ ਦੀਆਂ ਵਿਚ ਇਜ਼ ਗੁੱਡ ਗਰਮ ਬਹੁਤ ਹੋ ਜਾਂਦੀ ਹੋਣੀਆਂ ਰੌਕ ਗਾਰਡਨ ਹਾਂ ਚੰਡੀਗੜ੍ਹ ਚੰਡੀਗੜ੍ਹ ਚਿੰਪੈਂਜ਼ੀ ਦੀ ਏਜ ਜੇ ਤਾਂ ਉੱਥੇ ਹਿਊਮਨ ਕੇਅਰ ਦੇ ਵਿੱਚ ਆ ਜਿਵੇਂ ਕਿ ਜ਼ੂ ਦੇ ਵਿੱਚ ਆ ਅਰਾਊਂਡ 60 to 65 years ਏਜ ਹੁੰਦੀ ਆ ਉਹਦੀ ਅਤੇ ਜੇ ਇਹ ਆਊਟ ਇਨ ਦਾ ਵਾਇਲਡ ਆ ਮਤਲਬ ਜੰਗਲਸ ਵਗੈਰਾ ਦੇ ਵਿੱਚ ਆ ਫਿਰ 30-35 years ਸਰਵਾਈਵ ਕਰਦਾ ਮਤਲਬ ਜਦੋਂ ਜ਼ੂ ਦੇ ਵਿੱਚ ਹੁੰਦੇ ਆ ਇਹਨਾਂ ਦੀ ਏਜ ਡਬਲ ਹੋ ਜਾਂਦੀ ਆ ਕਿਉਂਕਿ ਪ੍ਰੋਪਰ ਕੇਅਰ ਮੈਡੀਕੇਸ਼ਨ ਵਗੈਰਾ ਮਿਲਦੀ ਆ ਬਾਹਰ ਹੋਰ ਰਿਸਕ ਕਾਫੀ ਹੁੰਦੇ ਆ ਤਾਂ ਕਰਕੇ ਇਹਨਾਂ ਦੀ ਏਜ ਉੱਥੇ ਘੱਟ ਜਾਂਦੀ ਆ। ਉਹ ਕੀ ਸੀਗਾ? ਅੱਛਾ ਇੱਧਰ ਆ ਕੇ ਦੇਖੋ। ਓਕੇ ਓ ਯਾ ਹਿਰਨ ਡੀਅਰ ਓ ਡੀਅਰ ਉਹ ਬੈਠੇ ਆ ਪੂਰਾ ਜੰਗਲ ਵਾਲਾ ਮਾਹੌਲ ਦਿੱਤਾ ਹੋਇਆ ਇਹਨਾਂ ਨੂੰ ਹਨਾ ਟਾਈਗਰ ਦੇਖਣਾ ਨਹੀਂ ਇਹਨਾਂ ਨੇ ਚਲੋ ਇਹਨੂੰ ਟਾਈਗਰ ਦਿਖਾਈਏ ਚਲੋ ਹਾਂ ਉੱਧਰ ਵੀ ਸੀਗਾ ਉਹਦੇ ਪਿੱਛੇ ਫਿਰਦੇ ਆ ਟਾਈਗਰ ਦਿਖਾਈਏ ਤੈਨੂੰ ਗਰਮੀ ਆ ਨਾ
ਜਾਨਵਰਾਂ ਦੇ ਨਾਲ ਹੀ ਆ, ਇਹਨਾਂ ਦੀ ਲਾਈਫ ਵਧਾਉਂਦੀ ਆ, ਆਪਣੇ ਲਈ ਵੀ ਚੰਗੀ ਆ, ਆਪਣੇ ਰੂਮ ਖੋਲਦੀ ਆ, ਸੋ ਆਪਾਂ ਇੰਜੋਏ ਕਰਨਾ ਕਿ ਨਹੀਂ ਨੀਨਾ ਨੀਨਾ ਗਾਮੀ ਆ ਜਿਰਾਫ ਨੂੰ ਫੀਡ ਕਰ ਸਕਦੇ ਆ ਤੇ ਆ ਰਿਹਾ ਜਿਰਾਫ ਜੀਤਾ ਕਰਦਾ ਨੀ ਸ਼ੇਅਰ ਕਰਨ ਨੂੰ ਕਿਸੇ ਨਾਲ ਕਰਨਾ ਪੈਣਾ ਵਾ ਨਾ ਇੱਕ ਹੋਰ ਘੁੱਟ ਲੈਣਾ ਅਸੀਂ ਫੜ ਲੈਣੇ ਆ ਇਹਨੇ ਸਿਕਿਓਰ ਕੀਤੀ ਮੈਂ ਫੜ ਲੈਣ ਵਾਲਿਆ ਦੇ ਦੋ ਪਤਾ ਫੜ ਲਈ ਪੀ ਲੈਣੀ ਆ ਬੀਅਰ ਵੀ ਮੈਂ ਕਿਹਾ ਦੇਖ ਕੇ ਆਉਂਦਾ ਵੀ ਜਦੋਂ ਆਡੀਅੰਸ ਹੈਗੀ ਆ ਹੁਣ ਬੰਦੇ ਖੜੇ ਆ ਤੇ 30-40 ਜਾਣੇ ਖੜੇ ਸੀਗੇ ਤਾਂ ਬੀਅਰ ਬਾਹਰ ਆਇਆ ਕਾਫੀ ਦੇਰ ਦੀ ਵੇਟ ਕਰ ਰਹੇ ਸੀਗੇ ਉਹ ਟਾਈਗਰ ਟੌਪ ਯਾਰ ਦੇਖੋ ਟਾਈਗਰ ਹੈਗਾ ਉਹਦੇ ਫੋਨ ਦੇ ਸਹੀ ਬਾਰੇ ਇਧਰ ਉਧਰ ਹੋ ਜਾਂਦੇ ਆ ਨਾ ਹਾਂ ਸ਼ਾਮੇ ਬੈਠੇ ਹੋਣੇ ਕਿਤੇ ਇਹਨਾਂ ਨੂੰ ਪੂਰਾ ਮੰਥ ਮਾਹੌਲ ਜੰਗਲ ਦਾ ਦਿੰਦੇ ਆ ਨਾ ਮੈਂ ਵੀ ਲੱਭੋ ਟਾਈਗਰ ਲੱਭੋ ਮੋਟੀ ਤੂੰ ਮਨ ਮੰਮਾ ਨੂੰ ਲੈ ਕੇ ਆਉਣਾ ਨੀਨਾ ਪਿੱਛੇ ਮੰਮਾ ਆ ਗਏ ਆ ਜਾ ਆਪ ਨੀਨਾ ਪਿੱਛੇ ਜਾਂਦੇ ਨਾ ਭਰੇ ਹੋ ਜਾ ਅੱਗੇ ਆਇਆ ਪਿੱਛੇ ਅਰਮਾਨ ਆ ਰਿਹਾ ਐਡਵੈਂਚਰ ਤਾਂ ਮੇਰੀ ਬੋਤਲ ਮੈਂ ਆਏ ਗਿਰੀ ਆ ਗਏ ਨਾ ਬਾਹਰ ਬਾਲ ਦੀ ਤਰ੍ਹਾਂ ਜਸਟ ਸੈਕਿੰਡ ਮੈਂ ਵੀ ਕਰਨਾ ਕਰ ਲਈ ਤੂੰ ਕੀਤੀ ਹੈ ਪਹਿਲਾਂ ਨਹੀਂ ਕੀਤੀ ਆ ਪਤਾ ਨਹੀਂ ਕਿਉਂ ਮੈਂ ਡਰ ਜੰਨੀ ਹੋਈ ਆ ਸਲਾਈਡ ਕਰਦੀ ਹੋਈ ਮੈਂ ਕਰੀ ਨਹੀਂ ਆਓ ਆਓ ਸਾਹਿਬ ਜੀ ਆ ਜਾ ਕਿਵੇਂ ਆਈ ਆ ਹਲਕੀ ਵੀ ਆ ਗਈ ਆ ਰੁੜਦੀ ਫਾਸਟ ਆਈ ਆ ਜਾ ਨਹੀਂ ਪਾਪਾ ਨੂੰ ਵੀ ਲੈ ਆਂਦੀ ਨਾਲ ਚਿੰਪੈਂਜ਼ੀ ਲੜ ਪਏ ਹਸਦੇ ਨੇ ਲੜਦੇ ਲੱਗਦੇ ਆ ਹੁਣ ਜਾਂਦੇ ਹੋਏ ਕਿਤੋਂ ਕੋਈ ਲੰਚ ਗ੍ਰੈਬ ਕਰਦੇ ਹਾਂ ਅਤੇ ਫਿਰ ਆਪਾਂ ਚੱਲਦੇ ਆਪਣੇ ਹੋਟਲ ਵੱਲ ਥੋੜ੍ਹੀ ਜਿਹੀ ਰੈਸਟ ਕਰਕੇ ਸ਼ਾਮ ਨੂੰ ਆਪਾਂ ਜਾਣਾ ਪਾਰਲੀਮੈਂਟ ਹਾਊਸ ਇੱਥੇ ਦਾ ਪਾਰਲੀਮੈਂਟ ਦੇਖਣਾ
ਤੁਸੀਂ ਕਿੱਧਰ? ਅਸੀਂ ਅਗਰਦਾ ਵੀ ਉਹਨੇ ਕੀ ਆਇਆ ਪੂਰਾ ਘੁੰਮ ਕੇ ਕਿੱਦਾਂ ਆਇਆ? ਕਿੱਦਾਂ ਦਾ ਆਇਆ? ਵਧੀਆ। ਇਹ ਸਾਰੇ ਜਿੰਨਾ 9th ਫਲੋਰ ਆ ਤਾਂ ਇੱਧਰ ਘਰ ਨੇ, ਥੱਲੇ ਪਾਰਕਿੰਗ ਹੈ, ਇੱਧਰ ਕਾਰ ਪਾਰਕ। ਕੀ ਕਹਿੰਦੀ ਆ? ਮੈਂ ਕਿ ਸਾਰੇ ਹੀ ਜਿਹੜਾ ਨਵਾਂ ਲੈਵਲ ਆ ਇੱਥੇ ਸਾਰੇ ਦੇ ਵੀ ਸੋਹਣੇ ਨੇ ਆਉਂਦੇ। ਹਾਂ, ਇਹ ਤਾਂ ਵਧੀਆ। ਮੈਂ ਕਿਹੜਾ ਦੇਖ ਕੇ ਆਈ ਸੀ। ਸੋ ਹੋਟਲ 'ਚ ਆ ਕੇ ਜੇ ਅਸੀਂ ਲੰਚ ਕੀਤਾ, ਫਿਰ ਨਹਾਤੇ ਠੰਡੇ ਠੰਡੇ ਪਾਣੀ ਨਾਲ, ਕਿਉਂਕਿ ਗਰਮੀ ਬਹੁਤ ਲੱਗ ਰਹੀ ਸੀਗੀ, ਤਾਂ ਹੀ ਦੁਬਾਰਾ ਤਿਆਰ ਹੋਏ ਹਾਂ। ਸੋ ਨਹਾ ਕੇ ਬਸ ਰੈਡੀ ਹੋਏ ਹਾਂ ਦੁਬਾਰਾ ਨਹਾ ਧੋ ਕੇ, ਤਾਂ ਹੁਣ ਬਾਹਰ ਚੱਲੇ ਹਾਂ ਦੁਬਾਰਾ। ਸੋ ਕਿਉਂਕਿ ਆਪਾਂ ਨਿਊਜ਼ੀਲੈਂਡ ਦੀ ਦਿੱਲੀ 'ਚ ਆਏ ਹਾਂ, ਯਾਨੀ ਕਿ ਇੱਥੇ ਦੀ ਕੈਪੀਟਲ ਸਿਟੀ 'ਚ ਵੈਲਿੰਗਟਨ ਦੇ ਵਿੱਚ ਆਪਾਂ ਪਹੁੰਚੇ ਜੀ ਇੱਥੇ ਇਸ ਟਾਈਮ ਇੱਥੇ ਦੇ ਪਾਰਲੀਮੈਂਟ 'ਚ, ਅਤੇ ਗੇਟ ਇਹਦਾ ਕਲੋਜ਼ ਆ ਕਿਉਂਕਿ ਆਪਾਂ ਸ਼ਾਮ ਨੂੰ ਆਏ ਹਾਂ। ਜੇ ਦਿਨ 'ਚ ਤਾਂ ਗੱਡੀਆਂ ਗੁੱਡੀਆਂ ਵੀ ਆ ਸਕਦੀਆਂ, ਇੱਥੇ ਅੰਦਰ ਕੈਫੇ ਕੂਫੇ ਸਭ ਕੁਛ ਬਣਿਆ ਹੋਇਆ, ਤੁਸੀਂ ਆ ਕੇ ਬਹਿ ਕੇ ਚਾਹ ਕੌਫੀ ਪੀ ਸਕਦੇ ਹੋ। ਪਾਰਲੀਮੈਂਟ ਦੇ ਅੰਦਰ ਵੀ ਵਿਜ਼ਿਟ ਕਰ ਸਕਦੇ ਹੋ, ਉਹਦਾ ਟਾਈਮਿੰਗ ਹੁੰਦੀ ਹੈ ਅਤੇ ਮਤਲਬ ਗਾਈਡਡ ਟੂਰਸ ਹੁੰਦੇ ਆ। ਬਟ ਐਨੀਵੇ ਤੁਹਾਨੂੰ ਬਾਹਰੋਂ ਆਪਾਂ ਪਾਰਲੀਮੈਂਟ ਚੰਗੀ ਤਰ੍ਹਾਂ ਦਿਖਾਉਂਦੇ ਹਾਂ ਅੱਗੇ ਜਾ ਕੇ। ਕੁਛ ਤਾਂ ਨਹੀਂ, ਮੈਂ ਇੱਕ ਵਾਰ ਪੌੜੀਆਂ ਚੜ੍ਹ ਕੇ ਨਾ ਉੱਥੇ ਤੱਕ ਜਾਣਾ ਚਾਹੁੰਦਾ ਵੀ ਜਿਹੜੇ ਰਸਤੇ ਇੱਥੇ ਦਾ ਪ੍ਰਧਾਨ ਮੰਤਰੀ ਚੱਲਦਾ ਵਾ ਨੀ, ਮੈਂ ਕਿਹਾ ਉਸ ਰਸਤੇ ਜਾ ਕੇ ਤਾਂ ਆਈਏ ਇੱਕ ਵਾਰ। ਆ ਜਾ ਕੇ ਮੇਰੇ ਨਾਲ ਜਾਣਾ। ਸੋ ਪਾਰਲੀਮੈਂਟ ਵੱਲ ਨੂੰ ਜਾ ਰਹੇ ਹਾਂ ਆਪਾਂ। ਜੇ ਤੁਹਾਡਾ ਵੀ ਕੋਈ ਮਸਲਾ ਹੋਇਆ ਸਾਡੇ ਨਾਲ ਸ਼ੇਅਰ ਕਰਿਓ, ਆਪਾਂ ਅੱਗੇ ਰੱਖ ਦਾਂਗੇ ਕਿ ਆਪਾਂ ਹੀ ਮੋਹਰ ਲਾਉਣੀ ਆ ਫਿਰ ਜੇ ਪਾਰਲੀਮੈਂਟ 'ਚ ਆ ਗਏ। ਵੈਸੇ ਦੱਸ ਦਈਏ ਇੱਥੇ ਵੀ ਕੁਈਨ ਐਲਿਜ਼ਾਬੈਥ ਦਾ ਹੀ ਚੱਲਦਾ ਨਾ ਮਨੀ, ਇੱਥੇ ਵੀ ਰਾਜ ਇੰਗਲੈਂਡ ਦੀ ਕੁਈਨ ਦਾ ਹੀ ਰਾਜ ਆ। ਹਾਂ, ਆਪਾਂ ਤਾਂ ਸਿਰਫ ਉਹਨਾਂ ਦੇ ਅੰਡਰ ਕੰਮ ਕਰਦੇ ਆ, ਮਤਲਬ ਪ੍ਰਧਾਨ ਮੰਤਰੀ। ਓਹੋ, ਮੇਰਾ ਪੀਏ ਆਇਆ ਨੀ ਐਕਚੁਅਲੀ, ਉਹ ਲੌਕ ਲਾ ਗਿਆ, ਚਾਬੀ ਉਹਦੇ ਕੋਲ ਆ, ਆ ਦੇਖੋ ਬਹੁਤ ਵਧੀਆ ਲੱਗਦਾ, ਮਾਰਬਲ ਆ ਸਾਰਾ, ਮਾਰਬਲ ਲਾਇਆ ਆ, ਗ੍ਰੇ ਤੇ ਵਾਈਟ ਦਾ ਕੰਬੀਨੇਸ਼ਨ ਆ, ਬਹੁਤ ਸੋਹਣਾ ਮਾਰਬਲ ਆ ਨਾ। ਹਾਂ, ਨਾਈਸ ਜਿਹਾ ਕਲਰ ਆ। ਇੱਧਰ ਵੀ ਅੰਦਰ ਵੀ ਮਾਰਬਲ ਆ ਸਾਰਾ, ਬਟ ਰੀਅਲੀ ਗੁੱਡ। ਐਨੀਵੇ ਆਪਣਾ ਟਾਈਮ ਬਹੁਤ ਇੰਪੋਰਟੈਂਟ ਆ, ਹੁਣ ਆਪਾਂ ਜੇ ਪੀਏ ਦੀ ਵੇਟ ਕਰਨ ਲੱਗ ਗਏ ਮੰਨੀ, ਬਹੁਤ ਟਾਈਮ ਲੱਗ ਜਾਣਾ, ਆਪਾਂ ਅੱਗੇ ਚੱਲਦੇ ਹਾਂ। ਹਾਂ, ਫਿਰ ਨੈਕਸਟ ਅਪਾਇੰਟਮੈਂਟ ਨਹੀਂ, ਨੈਕਸਟ ਅਪਾਇੰਟਮੈਂਟ ਨਹੀਂ, ਲੇਟ ਹੋ ਜਾਣਾ ਹੈ, ਘੜੀ ਵੀ ਰੋਂਗ ਆਤੇ ਦੇਖਣ ਲੱਗ ਗਿਆ। ਟਾਈਮ ਟਾਈਮ ਜੀ ਆਪਣੇ ਕੋਲ ਗਏ 6:30, 6:30 ਹੋ ਗਏ, ਵੀ ਆ ਲੇਟ ਆਲਰੇਡੀ। ਸੋ ਅੱਗੇ ਪਲਾਨ ਆਪਣਾ ਇਦਾਂ ਜੀ, ਦੇਖੋ ਜੀ ਪਾਰਲੀਮੈਂਟ ਹਾਊਸ 'ਚ ਖੜੇ ਹਾਂ ਆਪਾਂ, ਹੁਣ ਤੁਹਾਨੂੰ ਝੂਠ ਨਹੀਂ ਬੋਲਾਂਗੇ। ਅਗਲਾ ਪਲਾਨ ਇਦਾਂ ਵੀ ਆਪਾਂ ਚੱਲੇ ਹਾਂ ਇੱਥੋਂ ਗੁਰਦੁਆਰਾ ਸਾਹਿਬ, ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਅਸੀਂ ਵੀ, ਮੈਂ ਤੇ ਮਨੀ ਵੀ ਨਹੀਂ ਗਿਆ ਗੁਰਦੁਆਰਾ ਸਾਹਿਬ, ਇੱਕ ਵਾਰ ਵੈਲਿੰਗਟਨ ਆਇਆ ਇਸ ਤੋਂ ਪਹਿਲਾਂ, ਪਰ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ। ਸੋ ਗੁਰਦੁਆਰਾ ਸਾਹਿਬ ਪਹੁੰਚ ਕੇ ਜੀ ਆਪਾਂ ਵੈਲਿੰਗਟਨ ਦੇ, ਬੜੀ ਪਿਆਰੀ ਜੀ ਲੋਕੇਸ਼ਨ ਆ, ਪਿੱਛੇ ਪਹਾੜ ਨੇ, ਅਤੇ ਗੁਰਦੁਆਰਾ ਦਾ ਨਾਮ ਹੈਗਾ ਜੀ ਇੱਕ ਓਅੰਕਾਰ, ਅਤੇ ਬੜਾ ਵਧੀਆ ਲੱਗਿਆ ਨਾਮ, ਬੜਾ ਵਧੀਆ ਲੱਗਿਆ ਵੀ ਸਭ ਕੁਛ ਇੱਕ ਆ।
गुरद्वारा साहब का एंट्री है तो सामने बड़ा वधिया बनाया हुआ। सो जो इधर जाओ तो दरबार हाल है गुरद्वारा साहब का, तो इधरली साइड से लंगर। ਅਤੇ ਕੋਈ ਵੀ ਕੋਈ ਸਥਾਨ ਕਰਕੇ ਜਾਂਦਾ ਇਹਦੇ ਵਿੱਚ ਰੱਖ ਕੇ ਜਾਣਾ ਹੈ। ਠੀਕ ਹੈ, ਇੱਕ ਜਗ੍ਹਾ ਅਤੇ ਬਾਕੀ ਆਹਾਂ ਮਤਲਬ ਜ਼ਮੀਨ 'ਚ ਲਾਇਆ ਹੋਇਆ ਬੈਠਣ ਵਾਸਤੇ, ਕੋਈ ਇਹ ਨਹੀਂ ਵੀ ਅਲੱਗ ਆ ਵਿਛਾਉਣਾ ਪਵੇ, ਹੈ ਨਾ, ਅਤੇ ਵਾਸ਼ੇਬਲ ਹੋਣਾ ਉੱਦਾਂ ਵੀ ਵਧੀਆ ਬਣੇ, ਹੈ ਨਾ, ਉੱਦਾਂ ਵੀ ਸਾਰਾ ਵਧੀਆ ਤਰੀਕੇ ਨਾਲ ਸੋਰਟ ਆਊਟ ਕੀਤਾ ਹੋਇਆ, ਸਾਰੇ ਬਰਤਨ ਇੱਥੇ ਪਏ ਨੇ। ਅੱਛਾ, ਵਾਸ਼ ਕਰਨ ਲਈ ਉੱਧਰ ਹਾਂਜੀ, ਅਤੇ ਇੱਧਰ ਆਪਣਾ ਮੇਰੇ ਖਿਆਲ ਨਾਲ ਵਰਤਾਉਂਦੇ ਹੋਣੇ, ਅਤੇ ਅੰਦਰ ਬੈਕ ਕਿਚਨ ਆ ਜਿੱਥੇ ਸਾਰਾ ਕੁਛ ਪ੍ਰਪੇਅਰ ਹੁੰਦਾ, ਬਿਲਕੁਲ ਚਿਣਿਆ ਹੋਇਆ, ਵੱਡੀਆਂ ਭੱਠੀਆਂ ਨੇ, ਉਹ ਛੋਟੀਆਂ ਗੈਸਾਂ ਚਾਰ, ਸਭ ਕੁਛ ਐਨ ਵਧੀਆ, ਮਤਲਬ ਔਰਗਨਾਈਜ਼ ਕੀਤਾ, ਬੜਾ ਵਧੀਆ ਲੱਗਿਆ। ਉੱਧਰ ਰੋਟੀਆਂ ਬਣਦੀਆਂ ਹੋਣੀਆਂ ਮੇਰੇ ਹਿਸਾਬ ਨਾਲ। ਦੇਖਦੇ ਲਈ ਕੀ ਲੈ ਕੇ ਆਏ ਨੇ ਬੋਲੀ ਨੇ ਰਿਸ਼ਤੀ ਆਈ ਸਪਈ ਨਹੀਂ ਨਾ। ਓ ਮਾਈ ਗॉड, ਆਲ ਦਾ ਨੋਟਿਸ ਸਟਫ ਹੈ। ਥੈਂਕ ਯੂ ਜੀ। ਨਹੀਂ ਥੈਂਕ ਯੂ ਨਹੀਂ ਕਹਿਣਾ ਹੁੰਦਾ, ਦੀ ਐਕਸਾਈਟਮੈਂਟ ਹੋਲਡ ਕਰ ਲਈ ਸੀਗੀ ਉਹ ਬ੍ਰਾਇਨ ਵੱਲੋਂ ਜਦੋਂ ਗਿਫਟ। ਹਾਂਜੀ ਇਹ ਤਾਂ ਅਸੀਂ ਪਲਾਨ ਕਰ ਰਹੇ ਸੀ ਮੇਕਅਪ ਕਿਟ ਲੈ ਕੇ ਜਾਣੀ ਇਹਦੇ ਲਈ। ਅੱਛਾ, ਉਹ ਵੀਡੀਓ ਦੇਖੀ ਸੀ। ਠੀਕ ਹੈ ਮੈਂ ਖੋਲ ਲਈ ਮੇਕਅਪ ਕਿਟ। ਮੈਂ ਇੱਕ ਵਾਰ ਤੁਹਾਨੂੰ ਇੰਟਰੋਡਿਊਸ ਕਰਾ ਦਵਾਂ, ਸਾਡੇ ਨਾਲ ਆ ਵੀਰ ਰਜਿੰਦਰ, ਤੁਹਾਡਾ ਨਾਮ ਕਰਨਜੋਤ, ਸੌਰੀ ਰਜਿੰਦਰ ਸਿੰਘ, ਕਰਨਜੋਤ, ਤੇ ਇੱਧਰ ਵੀਰ ਰਜਿੰਦਰ ਆਪਣਾ ਰਜਿੰਦਰ, ਤੇ ਮਿਲਣਾ ਇਹਨੇ ਸਪੈਸ਼ਲੀ, ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ। ਸੋ ਵੀਰ ਨੇ ਦੱਸਿਆ ਕਹਿੰਦੇ ਮਾਊਂਟ ਵਿਕਟੋਰੀਆ ਤੁਸੀਂ ਦੱਸ ਰਹੇ ਸੀਗੇ ਨਾ, ਇੱਥੇ ਕਾਫੀ ਮਤਲਬ ਵਧੀਆ ਬੀਚ ਆ, ਜਿੱਧਰ ਆਪਣੀ ਸਟੇ ਕੀਤੀ ਉਹਦੇ ਨੇੜੇ ਹੀ ਆ ਕਿਤੇ, ਉੱਥੋਂ ਮਤਲਬ ਵਿਊ ਦਿਖਦਾ ਸਾਰਾ ਵੋਲਿੰਟਰ। ਅੱਛਾ ਠੀਕ ਆ, ਨਹੀਂ ਨਹੀਂ ਵਧੀਆ, ਆਪਾਂ ਚੱਲਦੇ ਆ। ਸੋ ਇਸ਼ੋਰ ਤੁਹਾਡੇ ਕੋਲ ਮਤਲਬ ਬਿਲਕੁਲ ਹਾਂ, ਵੀਰੋ ਨੇ ਆਪਣੇ ਨਾਲ ਜਾ ਰਹੇ ਆ, ਸੋ ਮਾਊਂਟ ਵਿਕਟੋਰੀਆ ਚੱਲਦੇ ਆ, ਤੇ ਨਾਲੇ ਤੁਹਾਡੇ ਨਾਲ ਵੀ ਉੱਥੇ ਦਾ ਵਿਊ ਸ਼ੇਅਰ ਕਰਦੇ ਆ। ਚੱਲੀਏ ਫਿਰ। ਹਾਂਜੀ ਨਹੀਂ ਨਾ, ਥੈਂਕ ਯੂ ਕੀਤਾ ਪੁੱਤ। ਨਹੀਂ ਨਹੀਂ ਥੈਂਕ ਯੂ ਨਹੀਂ ਕਰਦੇ, ਥੈਂਕ ਯੂ ਨਹੀਂ ਕੀਤਾ। ਜੱਫੀ ਪਾ ਕੇ ਕਰ ਦੋ, ਜੱਫੀ ਪਾ ਕੇ, ਚੱਲ ਜੱਫੀ ਦਾ ਪਾ ਦੇ ਫਿਰ, ਜੱਫੀ ਪਾ ਦੋ। ਆ ਤਾਂ ਬੜੀ ਸੋਹਣੀ ਗੱਲ ਲੱਗਦੀ ਭਾਈ, ਜਿਵੇਂ ਵੀਡੀਓ ਪੰਜਾਬੀ ਗੱਲ ਕਰਦੇ ਨਾ ਦੋ। ਹਾਂਜੀ ਹਾਂਜੀ, ਉਹ ਸਾਨੂੰ ਬਹੁਤ ਅੱਛਾ ਲੱਗਦਾ। ਨਹੀਂ ਟਰਾਈ ਤਾਂ ਕਰੀ ਦੀ ਉਹ ਵੀ, ਚੱਲ ਬੱਚਿਆਂ ਨੂੰ ਵੀ। ਅਰਮਾਨ ਦੀ ਜਿਵੇਂ ਵੀ, ਅਰਮਾਨ ਦੀ ਤਾਂ ਪੰਜਾਬੀ ਪੂਰੀ ਹੈ, ਦੇਸੀ ਪੰਜਾਬੀ ਹੈ ਇਹਦੀ। ਸੋ ਅਸੀਂ ਵੀਰ ਉਹਨਾਂ ਦੇ ਨਾਲ ਮਾਊਂਟ ਵਿਕਟੋਰੀਆ ਆ ਗਏ, ਇਹਨਾਂ ਨੂੰ ਫੋਲੋ ਕਰਦੇ ਕਰਦੇ ਮੇਰੇ ਖਿਆਲ 'ਚ ਅਸੀਂ ਇਕੱਲੇ ਹੁੰਦੇ ਸੀ, ਖੋ ਜਾਣਾ ਸੀਗਾ ਜਾਂ ਫਿਰ GPS ਦੇ ਨਾਲ ਆਉਣਾ ਸੀਗਾ, ਹੈ ਨਾ। ਪਰ ਵੀਰ ਤੁਸੀਂ ਦੱਸ ਰਹੇ ਸੀ ਗੁਰਦੁਆਰਾ ਸਾਹਿਬ ਉੱਧਰ ਸਾਈਡ 'ਤੇ ਆਉਣਾ, ਅਤੇ ਉੱਧਰਲੀ ਸਾਈਡ 'ਤੇ ਆ ਗੁਰਦੁਆਰਾ, ਅਤੇ ਪਾਣੀ ਦੇ ਨਾਲ ਨਾਲ ਮਤਲਬ ਹਾਰਬਰ ਦੇ ਨਾਲ ਰੋਡ 'ਤੇ ਅਸੀਂ ਆਏ ਹਾਂ, ਅਤੇ ਤਕਰੀਬਨ 20-25 ਮਿੰਟ ਲੱਗੇ ਨੇ, ਪਰ ਬਹੁਤ ਹੀ ਸੋਹਣੀ ਲੋਕੇਸ਼ਨ ਆ, ਅਤੇ ਮੇਰੇ ਖਿਆਲ ਨਾਲ ਸਾਰਾ ਵਲਿੰਗਟਨ ਦਿਖ ਰਿਹਾ ਇੱਥੋਂ ਸਾਰਾ। ਸਕਾਈ ਸਟੇਡੀਅਮ ਬਾਈ ਸਾਹਮਣੇ। ਅੱਛਾ, ਇੱਧਰਲੀ ਸਾਈਡ 'ਤੇ, ਠੀਕ ਆ, ਮੈਂ ਤੁਹਾਨੂੰ ਸਟੇਡੀਅਮ 'ਚ ਰਵੀਵਾਰ ਦੇ ਵਿੱਚ ਹੁੰਦੇ। ਓਕੇ, ਠੀਕ ਆ, ਅਤੇ ਮੈਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਸਾਰੇ ਪਾਸਿਓਂ ਦਿਖਾਉਣਾ। ਮੈਂ ਟਰਾਈ ਕਰ ਰਿਹਾ ਸੀ ਇੱਥੋਂ ਡਰੋਨ ਉਡਾਉਣ ਦੀ, ਪਰ ਏਅਰਪੋਰਟ ਵੀ ਬਿਲਕੁਲ ਨਾਲ ਆ, ਸੋ ਆਥੋਰਾਈਜੇਸ਼ਨ ਜ਼ੋਨ ਆ, ਮਤਲਬ ਉੱਥੇ ਉਡਾ ਨਹੀਂ ਸਕਦੇ ਆਪਾਂ, ਤਾਂ ਠੀਕ ਆ ਜੀ, ਮੈਂ ਤੁਹਾਨੂੰ ਨੇੜਿਓ ਦਿਖਾਉਣਾ ਇੱਕ ਵਾਰ ਸਾਰਾ ਹੀ। Thank you.
ਜੇ ਤੁਸੀਂ ਸਾਨੂੰ ਨਾ ਮਿਲਦੇ ਅਸੀਂ ਇੱਥੇ ਨਾ ਆਉਂਦੇ ਆ ਐਡੀ ਸੋਹਣੀ ਲੋਕੇਸ਼ਨ ਮਿਸ ਹੋ ਜਾਣੀ ਸੀ ਅਸੀਂ ਬਗੈਰ ਮਿਲੇ ਤੁਹਾਨੂੰ ਜਾਣ ਹੀ ਨਹੀਂ ਪਤਾ ਬਹੁਤ ਵਧੀਆ ਇੱਕ ਤਾਂ ਤੁਸੀਂ ਮਿਲ ਗਏ ਜਿਹੜੀ ਵੱਡੀ ਗੱਲ ਆ ਨਾ ਸਾਨੂੰ ਬਹੁਤ ਵਧੀਆ ਲੱਗਿਆ ਤੇ ਉੱਤੋਂ ਦੀ ਆ ਬਹੁਤ ਹੀ ਸੋਹਣੀ ਤੁਹਾਡੇ ਬਹਾਨੇ ਲੋਕੇਸ਼ਨ ਵੀ ਦੇਖ ਲਈ ਆਪਾਂ ਗੱਡੀ ਦਾ ਨੰਬਰ ਸਾਡੇ ਕੋਲ ਹੈਗਾ ਸੀ ਅਸੀਂ ਲੁਕਆਊਟ ਜਾਰੀ ਕਰਦਾ ਰਹਿੰਦਾ ਵਰੰਟ ਨਿਕਲ ਜਾਣੇ ਸੀ ਆਪਣੇ ਮਿਲ ਕੇ ਨਹੀਂ ਗਏ ਸਾਨੂੰ ਤੇ ਬਲਕਿ ਮਤਲਬ ਪੂਰਾ ਵੈਲਿੰਗਟਨ ਪੂਰੀ ਵੈਲਿੰਗਟਨ ਦੀ ਬੈਲਟ ਦਿਖ ਰਹੀ ਆ ਨਾ ਜਿਹੜੇ ਪਾਸੇ ਪੂਰਾ ਐਂਡ ਟੂ ਐਂਡ ਨਾ ਬਹੁਤ ਹੀ ਵਧੀਆ ਲੋਕੇਸ਼ਨ ਆ ਬਈ ਨਾ ਦੇਖੋ ਉੱਚਾ ਨੀਵਾ ਉੱਚਾ ਨੀਵਾ ਬੜਾ ਮਜ਼ਾ ਆਉਂਦਾ ਵੇਖ ਕੇ ਹਨਾ ਉਸ ਤੋਂ ਵੀ ਵਧੀਆ ਗੱਲ ਕੀ ਆ ਸਨਸੈਟ ਹੋ ਰਿਹਾ ਸ਼ਾਮ ਦਾ ਟਾਈਮ ਆ ਥੋੜਾ ਵਿੰਡੀ ਆ ਅਸੀਂ ਜਦੋਂ ਤੇ ਆਇਆ ਸਾਨੂੰ ਐ ਲੱਗ ਰਿਹਾ ਸੀ ਵੀ ਵਿੰਡ ਤਾਂ ਆਪਾਂ ਦੇਖੀ ਹੋਣੀ ਨਾ ਇੱਥੇ ਵਿੰਡ ਵੀ ਫੀਲ ਕਰ ਲਈ ਤੇ ਪਰ ਬਹੁਤ ਸੋਹਣਾ ਵਾ ਇਧਰਲੀ ਸਾਈਡ ਤੇ 에어ਪੋਰਟ ਆ ਤੇ ਜਿਹੜਾ ਮੈਂ ਪਹਿਲਾਂ ਜ਼ੂਮ ਕਰਕੇ ਦਿਖਾਇਆ ਉਹ ਇੱਥੇ ਦਾ ਰਗਬੀ ਸਟੇਡੀਅਮ ਆ ਇੰਟਰਨੈਸ਼ਨਲ ਤਾਂ ਉੱਥੇ ਇੰਟਰਨੈਸ਼ਨਲ ਗੇਮਸ ਹੁੰਦੀਆਂ ਸਾਰੀਆਂ ਨਾ ਮੈਨ ਬੈਡਮਿੰਟਨ ਦੀਆਂ ਜਿਵੇਂ ਆਪਣੇ ਡੈਡੀ ਕਹਿੰਦੇ ਨੇ ਜਿਹਨੇ ਵੈਲਿੰਗਟਨ ਦੇ ਵਿੱਚ ਇਹ ਲੁੱਕਆਊਟ ਨਹੀਂ ਦੇਖਿਆ ਉਹਨੇ ਵੈਲਿੰਗਟਨ ਨਹੀਂ ਦੇਖਿਆ ਹੈਗਾ ਤੇ ਮੈਂ ਕਹੂੰਗੀ ਕਿ ਨਿਊਜ਼ੀਲੈਂਡ ਦੇ ਵਿੱਚ ਜਿਹਨੇ ਆਹ ਵਾਲੀ ਮਤਲਬ ਜਗ੍ਹਾ ਨਹੀਂ ਵੇਖੀ ਉਹਨੇ ਸਵਰਗ ਨਹੀਂ ਵੇਖਿਆ ਹਾਂ ਸਹੀ ਹਾਂ ਪੁੱਤ ਮੈਂ ਚੱਕ ਲਾਂ ਇੱਕ ਮਿੰਟ ਬਾਅਦ ਤੇ ਬਾਕੀ ਜਿਹੜਾ ਆਪਣਾ ਮੇਰੇ ਖਿਆਲ ਨਾਲ ਓਰੀਐਂਟਲ ਵੇ ਉਹ ਸਾਈਡ ਤੇ ਆ ਨਾ ਥੱਲੇ ਅੱਛਾ ਆ ਠੀਕ ਆ ਤਾਂ ਜਿੱਥੇ ਆਪਣਾ ਮਤਲਬ ਹੋਟਲ ਬੁੱਕ ਕੀਤਾ ਸੀ ਉਹ ਇੱਧਰਲੀ ਸਾਈਡ ਤੇ ਆ ਥੱਲੇ ਇੰਨੀ ਨੇੜੇ ਆ ਕੇ ਦੱਸ ਆਪਾਂ ਮੁੜ ਜਾਣਾ ਸੀ ਮੁੜ ਜਾਣਾ ਸੀ ਕਸਮ ਮੈਨੂੰ ਤਾਂ ਨਹੀਂ ਆ ਇੱਥੇ ਮਿਲਾਂ ਬਾਏ 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 ਸ਼ੁਕਰਾ 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 ਨੀਲਾ ਆ ਗਈ ਚੰਗਾ ਨੀਲਾ ਚਲ ਬਾਏ ਬਾਏ ਅੰਕਲ ਤੁਸੀਂ ਅੰਕਲ ਬਾਏ ਬਾਏ ਅਸੀਂ ਕਿ ਚਲੀ ਜੇ ਬੰਦ ਨਹੀਂ ਠੰਡ ਲੱਗੂਗੀ ਕਹਿੰਦੇ ਸੋ ਹੋਟਲ ਵਾਪਸ ਆ ਗਏ ਜੀ ਆਪਾਂ ਗੱਡੀ ਪਾਰਕ ਕਰਤੀ ਬਾਹਰ ਸਮਾਨ ਚੱਕ ਲਿਆਂਦਾ ਤੇ ਅੱਜ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਮੇਰੇ ਲਈ ਨਾ ਤੁਹਾਡੇ ਲਈ ਐਕਚੁਅਲੀ ਹਾਂਜੀ ਸਪੈਸ਼ਲ ਅਨਾਉਂਸਮੈਂਟ ਹੈ ਮੇਰੇ ਵੱਲੋਂ ਅੱਛਾ ਵੀ ਮੇਰਾ ਦੰਦ ਨਿਕਲ ਗਿਆ ਝਾੜ ਹੋਰ ਮਾਂ ਦਾ ਕਾਰ ਚਾਉਂਦੇ ਹੋਏ ਝਾੜ ਵੀ ਨਿਕਲ ਗਈ ਇੱਕ ਨਾ ਤੂੰ ਆਪ ਖਿੱਚ ਕੇ ਗੱਡੀ ਆ ਮਾਂ ਨੂੰ ਨਾ ਜੀਬ ਨਾ ਇੰਨੀ ਹਲਾਈ ਵੀ ਟੁੱਟੀ ਗਈ ਚੱਪ ਜੀ ਤੂੰ ਤਾਂ ਆਪਣੀ ਹਲਾਈ ਦੀ ਐਕ ਗਈ ਚੱਲ ਕੋਈ ਨਹੀਂ ਵਧੀਆ ਹੋ ਗਿਆ ਸਾਹ ਹੁਣ ਸ਼ਾਇਦ ਅਕਲ ਆ ਜਵੇ ਮਾਂ ਤੈਨੂੰ ਗੁਰਦੁਆਰਾ ਸਾਹਿਬ ਗਏ ਸੀਗੇ ਉੱਥੇ ਆਪਣੇ ਬਹੁਤ ਹੀ ਵਧੀਆ ਸਬਸਕ੍ਰਾਈਬਰ ਮਿਲੇ ਇੱਕ ਤਾਂ ਰੂਬੀ ਜੀ ਮਿਲੇ ਸੀਗੇ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ 15-20 ਮਿੰਟ ਗੱਲਾਂ ਵੀ ਮਾਰੀ ਗਿਆ ਸੀ ਖੜੇ ਉਸ ਤੋਂ ਬਾਅਦ ਇੱਕ ਹੈਮਿਲਟਨ ਤੋਂ ਫੈਮਿਲੀ ਆਈ ਹੋਈ ਸੀਗੀ ਨਾ ਨਾਲ ਦੋ ਬੱਚੇ ਸੀਗੇ ਛੋਟੇ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਾਕੀ ਵੀ ਜਿਹੜੇ ਆਪਾਂ ਨੂੰ ਉੱਥੇ ਸਬਸਕ੍ਰਾਈਬਰ ਮਿਲੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਬਾਅਦ 'ਚ ਆਪਣੇ ਵੀਰ ਰਜਿੰਦਰ ਸਿੰਘ ਅਤੇ ਕਰਨਜੋਤ ਸਿੰਘ ਮਿਲੇ ਨੇ ਨਾ ਉਹ ਸਾਨੂੰ ਮਾਊਂਟ ਵਿਕਟੋਰੀਆ ਤੱਕ ਲੈ ਕੇ ਗਏ ਕਿਉਂਕਿ ਉਹਨਾਂ ਨੇ ਆਉਂਦੀ ਸਾਨੂੰ ਆਪੇ ਪੁੱਛਿਆ ਕਹਿੰਦੇ ਤੁਸੀਂ ਉੱਥੇ ਗਏ ਹੋ ਭਾਅ ਜੀ ਤਾਂ ਅਸੀਂ ਉੱਥੇ ਨਹੀਂ ਸੀ ਗਏ ਤਾਂ ਉੱਥੇ ਲੈ ਕੇ ਬਹੁਤ ਹੀ ਵਧੀਆ ਲੱਗਿਆ ਉੱਥੇ ਜਾ ਕੇ ਹਾਂਜੀ ਬਹੁਤ ਸੋਹਣਾ ਵਿਊ ਸੀ ਤੇ ਐ ਲੱਗਦਾ ਵੀ ਬਲਿੰਕਨ ਦੇਖਣਾ ਕੰਪਲੀਟ ਹੋ ਗਿਆ ਬਿਲਕੁਲ ਕੰਪਲੀਟ ਹੋ ਗਿਆ ਤੇ ਇੱਕ ਬਹੁਤ ਹੀ ਵਧੀਆ ਯਾਦ ਜੁੜ ਗਈ ਨਹੀਂ ਥੱਲੇ ਨਾ ਗੱਜੀ ਵੀ ਬਹੁਤ ਸ਼ਰਾਰਤੀ ਹੋਈ ਵੀ ਆ ਮੱਛਰੀ ਹੋਈ ਆ ਥੋੜੀ ਜੀ ਤੇ ਮੈਂ ਤੁਹਾਡੇ ਦੋਨਾਂ ਵੀਰਾਂ ਦਾ ਖਾਸ ਥੈਂਕਸ ਕਹਿਣਾ ਚਾਹੁੰਦਾ ਵੀ ਤੁਸੀਂ ਇੰਨਾ ਟਾਈਮ ਵੀ ਸਾਡੇ ਨਾਲ ਸਪੈਂਡ ਕੀਤਾ ਤੇ ਘੁਮਾਇਆ ਫਰਾਇਆ ਵੀ ਰੀਅਲੀ ਥੈਂਕ ਯੂ ਕੀ ਲਾਈਕ ਕਰਦੇ ਹੋ ਲਾਈਕ ਕਰਦੇ ਹੋ ਐਵੇਂ ਠੀਕ ਆ ਹੋਰ ਕੀ ਕਰਦੇ ਹੋ ਹੋਰ ਕੀ ਕਰਦੇ ਹੋ ਸਬਸਕ੍ਰਾਈਬ ਗੁੱਡ ਗਰਲ ਲਵ ਯੂ ਕਹਿ ਠੀਕ ਆ ਅਸੀਂ ਵੀਡੀਓ ਫਿਨਿਸ਼ ਕਰਦੇ ਹਾਂ ਕਹਿ ਦਿਓ ਸੋਹਣਾ ਸੌਂ ਜੀ ਸੌਣ ਲੱਗੀ ਹੈ ਤਾਂ ਕਹਿੰਦੇ ਅਸੀਂ ਵੀਡੀਓ ਫਿਨਿਸ਼ ਕਰਦੇ ਹਾਂ ਹੁਣ ਇਲੀਨ ਬਾਏ ਬਾਏ ਕਰਦੇ ਠੀਕ ਆ ਜੀ ਵੀਡੀਓ ਇੱਥੇ ਫਿਨਿਸ਼ ਕਰ ਦਿਓ ਜਿਵੇਂ ਲੀਨ ਨੇ ਕਿਹਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਵੀਡੀਓ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਕੱਲ੍ਹ ਦੀ ਜਰਨੀ ਅੱਗੇ ਲੈ ਕੇ ਵੈਲਿੰਗਟਨ ਦੀ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੀਕਾ ਇੰਨੀ ਆ